ਵਿਚਾਰਨ ਕਰ ਮੈਂ ਵਿਚਾਰਨ ਕੀਤਾ, ਅੱਖਾਂ ਖੋਲੀਆਂ, ਚਵਾਰੇ 'ਤੇ ਬੈਠੇ ਲੰਗਰ ਛਕਿਆ, ਮਿੱਠਾ ਮਨ ਚੌਧਰੀ ਥੱਲੇ ਬੈਠਾ ਹੋਇਆ, ਆਸੂ ਜੇ ਕੀਤੇ ਦਰਸ਼ਨਾਂ ਦਾ ਚਾਕਾ ਦੇ ਕੇ ਮਹਾਂਪੁਰਖ ਵਾਪਸ ਆ। ਇਹ ਪ੍ਰਾਪਤੀ ਕਿੱਥੋਂ ਹੈ? ਸਤਿਗੁਰ ਫਰਮਾਨ, ਚਾਰ ਪਦਾਰਥ ਨੌ ਨਿਧ ਪਾਵੇ, ਇੱਕ ਨਿਧੀ ਸਿੱਧੀ ਨਹੀਂ, ਨੌ ਨਿਧੀਆਂ 18 ਸਿੱਧੀਆਂ ਹਾਜ਼ਰ ਹੋ ਜਾਂਦੀਆਂ। ਬਹੁਤਨਾ ਤ੍ਰਿਸ਼ਨਾ ਹੀ, ਕੋਈ ਤ੍ਰਿਸ਼ਨਾ ਨਹੀਂ ਰਹਿੰਦੀ, ਕੋਈ ਭੁੱਖ ਕੋਈ ਫੁੱਲ ਨਹੀਂ ਰਹਿੰਦੀ। ਨਾਮ ਕੈਸੀ ਗੱਲ ਹੈ ਤੋ ਸਤਿਗੁਰ ਪਾਤਸ਼ਾਹ ਪਾਰ ਬ੍ਰਹਮ, ਉਹ ਪਰਮੇਸ਼ੁਰ ਜਿਸਦਾ ਪਾਰਾਵਾਰ ਨਹੀਂ, ਬ੍ਰਹਮ ਸਰੂਪ ਹੈ। ਸਭ ਸੁੱਖ ਨਿਦਾਨ, ਸੁੱਖਾਂ ਦਾ ਦਾਤਾ ਹੈ, ਸੰਸਾਰ ਦੇ ਸੁੱਖ ਵੀ ਅਤੇ ਪਰਲੋਕ ਦੇ ਸੁੱਖ ਵੀ। ਪਾਰ ਬ੍ਰਹਮ ਭਵ ਸੁੱਖ ਨਿਦਾਨ, ਤਤ ਗਿਆਨ ਹਰ ਅੰਤਰਾ, ਉਹਦੇ ਗਿਆਨ ਚ ਲੋੜ ਨਹੀਂ। ਫਿਰ ਨਾਮ ਜਪੀ ਜਾਈਏ, ਛਿੰਦੀ ਜਾਈਏ, ਪਾਣੀ ਭਰੀ ਸੁਣੀ ਜਾਈਏ, ਗੁਣ ਸਰੀਰ ਅੰਦਰ ਪ੍ਰਵੇਸ਼ ਕਰਦੇ ਨੇ, ਔਗਣ ਦੂਰ ਹੋ ਜਾਂਦੇ। ਜਦ ਔਗਣ ਪ੍ਰਵੇਸ਼ ਕਰੇ ਫਿਰ ਗੁਣ ਦੂਰ ਹੁੰਦੇ ਨੇ। ਸਿਮਰ ਦਾ ਸਦਕਾ ਹੈ ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੰਕਤੀ ਫਰਮਾਇਆ, ਕਰ ਕਿਰਪਾ ਸੰਤ ਟਹਿਲੇ ਲਾਏ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਨ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸੰਤ ਟਹਿਲੇ। ਸੰਤ ਕੌਣ ਹੈ? ਸੱਤ ਸ਼ਬਦ ਹੈ। ਇਹ ਸੱਤ ਸ਼ਬਦ 'ਤੇ ਟਿੱਪੀ ਲੱਗ ਗਏ ਕੀ ਬਣਦਾ? ਸੰਤ ਟਿੱਪੀ ਲਾਓਗੇ ਤਾਂ ਹੀ ਸੰਤ ਬਣੋਗੇ। ਚਾਹੇ ਗ੍ਰਸਤੀ ਹੈ, ਚਾਹੇ ਸਾਧੂ, ਕੋਈ ਵੀ ਹੈ, ਕੋਈ ਸੰਤ ਹੈ, ਤੇਰਾ ਸੱਤ ਨਾਲ ਜੁੜ ਜਾਵੇ। ਅਤੇ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਆਪ ਮਾਨੇ ਕਰ ਕਿਰਪਾ, ਸਤਿਗੁਰੂ ਦੀ ਕਿਰਪਾ ਕਰੋ, ਐਸੇ ਸੰਤਾਂ ਦੀ ਸੇਵਾ ਬਖਸ਼ੋ। ਅਤੇ ਹੋਰ ਮੰਗ ਮੰਗੀ ਹੈ, ਨਾਨਕ ਸਾਧੂ ਸੰਗ ਸਮਾਇਆ, ਇਹ ਵੀ ਕਿਰਪਾ ਕਰੋ। ਸਾਰੀ ਉਮਰ ਸਾਧੂਆਂ ਦਾ ਸੰਗ ਹੀ ਬਣਿਆ ਰਹੇ। ਸਾਧੂ ਜਿਹੜਾ ਸਾਧਨਾ 'ਚ ਜੁੜ ਗਿਆ, ਨੇਮਨਾਥ ਪਾਤਸ਼ਾਹ ਦੇ ਦਰਸ਼ਨ ਕਰਦਾ, ਚਰਨ ਪਸਦਾ, ਹਜ਼ੂਰੀ 'ਚ ਬੈਠ ਕੇ ਕਥਾ ਕੀਰਤਨ ਸੁਣਦਾ, ਗੁਰੂ ਘਰ ਦੀ ਤਨ ਮਨ ਧਨ ਦਾ ਸੇਵਾ ਕਰਦਾ, ਇਹਦੇ ਅਸਾਂ ਨੇਮ ਚਾ ਜੇ ਉਹ ਸਾਧੂ ਹੈ, ਕਿਉਂਕਿ ਸਾਧਨਾ ਜੁੜੀ ਹੈ। ਅਤੇ ਸਤਿਗੁਰੂ ਨਾਨਕ ਸਾਧੂ ਤਾਂ ਬਾਬਾ ਕਬੀਰ ਸਾਹਿਬ ਜੀ ਨੇ ਇਉਂ ਵੀ ਫਰਮਾਇਆ, ਸਾਧੂ ਕੀ ਸੰਗਤ ਰਹੋ, ਸਾਧੂ ਕੀ ਸੰਗਤ ਰਹੋ, ਸਾਧੂ ਕੀ ਸੰਗਤ ਰਹੋ, ਜਿਉਂ ਕਿ ਤੁਲਸੀ ਕਰ ਭਾਵੇਂ ਜੋਆਂ ਦੀ ਅੱਠ, ਇਹ ਰੋਟੀ ਮਿਲੇ ਉਹ ਖਾ ਲਓ, ਤੋ ਸਾਧੂ ਦੀ ਸੰਗਤ।
ਹੋਣਹਾਰ ਸੋ ਹੋਇਆ ਇਹ ਬਲਵਾਨ ਹੋਣਹਾਰ ਆਵੇ ਤਲਦੀ ਨਹੀਂ। ਅਤੇ ਬਾਬਾ ਕੀ ਵਿਚਾਰ ਹੋਣਹਾਰ ਜਿਵੇਂ ਮਰਜ਼ੀ ਬਣ ਜਾਏ ਇਸ ਗੱਲ ਦਾ ਚੇਤਾ ਰੱਖੀ ਅਤੇ ਸਾਕਤ ਸੰਗ ਨਾ ਜਾਓ, ਸਾਕਤ ਦਾ ਸੰਗ ਨਾ ਕਰੋ, ਸਾਕਤ ਨਾਲ ਮੇਲ ਜੋਲ ਵੀ ਨਾ ਕਰੋ, ਕੋਈ ਤਾਲਮੇਲ ਵੀ ਨਾ ਕਰੋ, ਕੰਮ ਕਾਰ ਵੀ ਸਾਂਝਾ ਨਾ ਕਰੀ ਅਤੇ ਰਿਸ਼ਤਾ ਨਾਤਾ ਵੀ ਨਾ ਕਰੋ, ਸੰਗ ਹੀ ਨਾ ਕਰੀ। ਸ਼ਰਤ ਇੱਥੇ ਤੱਕ ਵੱਧਦੇ ਨਾ, ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਪਾ। ਸਾਕਤ ਪਛਾਣਦਾ ਦੱਸੇ ਨਾ, ਉਹਨੂੰ ਦੇਖਦੇ ਸਾਰ ਭੱਜ